डी स्टूडेंट्स वेलकम बैक आज ਦਾ ਆਪਣਾ ਟਾਪਿਕ ਹੈ ਮਾਡਲਸ ਆਫ ਰਿਪਰੈਜ਼ੈਂਟੇਸ਼ਨ ਬਾਈ ਬਰੂਨਰ ਬਰੂਨਰ ਦੇ ਮਾਡਲ ਦੀ ਪੇਸ਼ਕਸ਼ ਬਰੂਨਰ ਦੇ ਅਨੁਸਾਰ ਜਿਹੜੀ ਐਜੂਕੇਸ਼ਨ ਰਿਪਰੈਜ਼ੈਂਟੇਸ਼ਨ ਹੈ ਸਿੱਖਿਆ ਪ੍ਰਦਰਸ਼ਨ ਹੈ ਉਹ ਤਿੰਨ ਸਟੈਪਸ ਦੇ ਵਿੱਚੋਂ ਲੰਘਦੀ ਹੈ ਤੇ ਇਹ ਜਿਹੜੇ ਪ੍ਰਦਰਸ਼ਨ ਹੈ ਮੀਨਜ਼ ਜਦੋਂ ਬੱਚਿਆਂ ਦੇ ਸਾਹਮਣੇ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਤਾਂ ਉਹਦਾ ਚਿੱਤਰ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਸੂਚਨਾ ਦੇ ਤੌਰ ਤੇ ਜਾਂ ਇੱਕ ਨੌਲੇਜ ਦੇ ਤੌਰ ਤੇ ਸਟੋਰ ਹੁੰਦੀ ਰਹਿੰਦੀ ਹੈ ਤੇ ਦਿਮਾਗ ਦੇ ਵਿੱਚ ਜਿਹੜੇ ਸੰਕੇਤਕ ਸ਼ਬਦ ਨੇ ਉਹਨਾਂ ਵਿੱਚ ਬਦਲਣ ਦੇ ਤਰੀਕੇ ਬਾਰੇ ਗਿਆਨ ਵੀ ਬੱਚੇ ਨੂੰ ਮਿਲਦਾ ਹੈ ਕਿਉਂਕਿ ਕਿਸੇ ਚੀਜ਼ ਦਾ ਕੀ ਕੋਡ ਹੈ ਤਾਂ ਉਹ ਬੱਚੇ ਦੇ ਮਾਈਂਡ ਦੇ ਵਿੱਚ ਬੈਠਣਾ ਸ਼ੁਰੂ ਹੋ ਜਾਂਦਾ ਹੈ ਹੁਣ ਅਸੀਂ ਸਭ ਤੋਂ ਪਹਿਲਾਂ ਬੱਚਾ ਛੋਟਾ ਹੁੰਦਾ ਹੈ ਤਾਂ ਘਰ ਦੇ ਵਿੱਚ ਵੀ ਦੇਖੋ ਫਰੂਟਸ ਦੇਖਦਾ ਉਹਨੂੰ ਛੋਟੇ ਬੁਕਸ ਲਿਆ ਕੇ ਦਿੱਤੇ ਜਾਂਦੇ ਆ ਉਹਦੇ ਲੈਵਲ ਦੀਆਂ ਜਿਦੇ ਵਿੱਚ ਬੱਚਾ ਪੜ੍ਹਦਾ ਹੈ ਕਿ A for Apple ਤਾਂ ਬੱਚੇ ਦੇ ਮਾਈਂਡ ਦੇ ਵਿੱਚ ਜਦੋਂ ਅਸੀਂ ਉਹ ਚੀਜ਼ ਉਹਨੂੰ ਦਿਖਾਵਾਂਗੇ ਵੀ ਨਹੀਂ ਉਹਨੂੰ ਬੁੱਕ ਵੀ ਯਾਦ ਆਏਗੀ ਤੇ ਆਟੋਮੈਟਿਕਲੀ ਦੇ ਮਾਈਂਡ ਦੇ ਵਿੱਚ ਇੱਕ ਜਿਹੜਾ ਕਨਸੈਪਟ ਆ ਬੈਠ ਜਾਏਗਾ ਕਿ ਐਪਲ ਕੀ ਹੁੰਦਾ ਹੈ ਹੁਣ ਜਿਹੜੇ ਦੇ 3 ਸਟੈਪਸ ਨੇ ਉਹ ਪਹਿਲਾ ਹੈ ਇਨੈਕਟਿਵ ਮੋਡ ਦੂਸਰਾ ਹੈ ਦਾ ਆਈਕੋਨਿਕ ਸਟੇਜ ਤੀਸਰਾ ਹੈ ਦਾ ਸਿੰਬੋਲਿਕ ਸਟੇਜ ਪਹਿਲਾ ਇਹਦੇ ਵਿੱਚ ਹੈ ਇਨੈਕਟਿਵ ਮੋਡ ਇਹ ਜਿਹੜਾ ਟਾਈਮ ਪੀਰੀਅਡ 0 ਟੂ 1 ਮੀਨ 0 ਤੋਂ 1 ਸਾਲ ਤੱਕ ਹੁੰਦਾ ਮੀਨ ਜਦੋਂ ਬੱਚਾ ਪੈਦਾ ਹੁੰਦਾ ਉਸ ਤੋਂ ਲੈ ਕੇ 1 ਸਾਲ ਤੱਕ ਹੁੰਦਾ ਇਸ ਸਟੇਜ ਦੇ ਵਿੱਚ ਬੱਚਾ ਜਿਹੜਾ ਕੁਝ ਵੀ ਦੇਖਦਾ ਏ ਕਿਸੇ ਚੀਜ਼ ਨੂੰ ਫੀਲ ਕਰਦਾ ਹੈ ਬੱਚਾ ਮਹਿਸੂਸ ਕਰਦਾ ਅਨੁਭਵ ਕਰਦਾ ਤਾਂ ਉਹਨੂੰ ਆਪਣੇ ਮਾਈਂਡ ਦੇ ਵਿੱਚ ਬਿਠਾ ਲੈਂਦਾ ਹੈ ਇਸ ਸਟੇਜ ਦੇ ਵਿੱਚ ਬੱਚਾ ਕਿਸ ਤਰੀਕਾਰ ਸਿੱਖਦਾ ਸਿੱਖਣ ਜਿਹੜੀ ਸ਼ੁਰੂਆਤ ਹੈ ਟੱਚ ਕਰਨ ਨਾਲ ਹੁੰਦੀ ਹੈ ਮਹਿਸੂਸ ਕਰਨ ਨਾਲ ਤੇ ਸੋਧਨ ਕਿਰਿਆ ਨਾਲ ਹੁੰਦੀ ਹੈ ਇਹਦੇ ਵਿੱਚ ਜਿਹੜਾ ਬੱਚਾ ਉਹ ਕਿਰਿਆ ਤੇ ਆਧਾਰਿਤ ਸੂਚਨਾ ਨੂੰ ਸੰਕੇਤਕ ਰੂਪ ਦੇ ਵਿੱਚ ਬਦਲ ਕੇ ਆਪਣੇ ਦਿਮਾਗ ਦੇ ਵਿੱਚ ਸਟੋਰ ਕਰ ਲੈਂਦਾ ਹੈ ਮੀਨਸ ਬੱਚਾ ਐਕਟੀਵਿਟੀ ਬੇਸਡ ਇਨਫੋਰਮੇਸ਼ਨ ਨੂੰ ਕੀ ਕਰਦਾ ਹੈ ਇੱਕ ਸੰਕੇਤ ਦੇ ਰੂਪ ਚ ਕੋਡ ਦੇ ਰੂਪ ਦੇ ਵਿੱਚ ਆਪਣੇ ਮਾਈਂਡ ਦੇ ਵਿੱਚ ਸਟੋਰ ਕਰ ਲੈਂਦਾ ਸਾਰੀ ਇਨਫੋਰਮੇਸ਼ਨ ਨੂੰ ਫਾਰ ਐਗਜ਼ਾਮਪਲ ਇੱਕ ਬੱਚੇ ਜਦੋਂ ਜਿਹੜਾ ਛਣਕਣਾ ਪਕੜਾਇਆ ਜਾਂਦਾ ਹੈ ਮੀਨਸ ਇੱਕ ਬੱਚੇ ਦੀ ਇਹ ਖੇਡ ਹੈ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਹਨੂੰ ਇਹ ਹੀ ਚੀਜ਼ਾਂ ਵਧੀਆ ਲੱਗਦੀਆਂ ਤੇ ਜਦੋਂ ਅਸੀਂ ਬੱਚੇ ਨੂੰ ਫੜਾਉਂਦੇ ਹਾਂ ਤਾਂ ਬੱਚਾ ਕੀ ਕਰਦਾ ਹੈ ਵੀ ਛਣਕਣਾ ਨੂੰ ਹਿਲਾਉਂਦਾ ਹੈ ਤੇ ਆਵਾਜ਼ ਬੱਚੇ ਨੂੰ ਸੁਣਦੀ ਹੈ ਪਰ ਹੁਣ ਜੇਕਰ ਬੱਚੇ ਕੋਲ ਛਣਕਣਾ ਨਾ ਵੀ ਹੋਵੇ ਤਾਂ ਉਹ ਹੱਥ ਹਿਲਾਉਣ ਨਾਲ ਵੀ ਆਵਾਜ਼ ਦੀ ਉਮੀਦ ਕਰੇਗਾ ਮੀਨਸ ਬੱਚਾ ਇਹ ਕੱਲ ਹੱਥ ਹਿਲਾ ਰਿਹਾ ਤੇ ਉਹਨੂੰ ਤਾਂ ਵੀ ਉਮੀਦ ਹੋਏਗੀ ਕਿ ਮੈਨੂੰ ਛਣਕਣਾ ਦਿੱਤਾ ਜਾਵੇ ਤੇ ਮੈਂ ਉਹਨੂੰ ਹਿਲਾਵਾਂ ਇਹਦਾ ਅਰਥ ਕੀ ਹੋਇਆ ਕਿ ਇਸ ਸਟੇਜ ਦੇ ਵਿੱਚ ਜਿਹੜਾ ਬੱਚਾ ਉਹ ਪਦਾਰਥਾਂ ਦੀ ਜਿਹੜੀ ਵਰਤੋਂ ਆ ਉਹ ਸਿੱਧੇ ਤੌਰ ਤੇ ਕਰਦਾ ਹੈ ਨਾ ਕਿ ਪਦਾਰਥਾਂ ਦੇ ਅਨਰੂਨੀ ਗੁਣਾਂ ਨੂੰ ਸਮਝਦਾ ਹੈ ਮੀਨਜ਼ ਜੋ ਕਿਸੇ ਵੀ ਚੀਜ਼ ਦੇ ਇੰਟਰਨਲ ਕੈਰੈਕਟਿਸਟਿਕਸ ਨੇ ਉਹਨਾਂ ਬਾਰੇ ਬੱਚੇ ਨੂੰ ਕੋਈ ਨੌਲੇਜ ਨਹੀਂ ਹੁੰਦੀ ਤੇ ਨਾ ਹੀ ਬੱਚੇ ਨੂੰ ਅੰਡਰਸਟੈਂਡ ਕਰਨ ਦੇ ਵਿੱਚ ਕੋਈ ਇੰਟਰਸਟ ਹੁੰਦਾ ਨਾ ਹੀ ਉਹਦਾ ਇੰਨਾ ਲੈਵਲ ਹੁੰਦਾ ਬਟ ਜਿਹੜਾ ਬੱਚਾ ਹੈ ਉਹਨੂੰ ਪਤਾ ਹੁੰਦਾ ਕਿ ਇਹ ਚੀਜ਼ ਮੇਰੇ ਕੋਲ ਹੋਣੀ ਚਾਹੀਦੀ ਹੈ ਜਿਵੇਂ ਕਿ ਉਹਨੂੰ ਕੋਈ ਟੁਆਏ ਅੱਛਾ ਲੱਗਦਾ ਹੈ ਜਾਂ ਕੋਈ ਨੀਅਰ ਬਾਊਟ ਟੀਵੀ ਚੱਲ ਰਿਹਾ ਹੈ ਬੱਚੇ ਕੋਲ ਕੋਈ ਹੋਰ 뮤ਜ਼ਿਕ ਸੁਣ ਰਿਹਾ ਹੈ ਤਾਂ ਬੱਚੇ ਨੂੰ ਲੱਗੇਗਾ ਕਿ ਇਹ ਚੀਜ਼ ਮੇਰੇ ਕੋਲ ਹੋਣੀ ਚਾਹੀਦੀ ਹੈ ਮੈਨੂੰ ਇਹਦੀ ਆਵਾਜ਼ ਸੁਣਨੀ ਚਾਹੀਦੀ ਹੈ ਨੈਕਸਟ ਸੈਕੰਡ ਹੈ ਦ ਆਈਕੋਨਿਕ ਸਟੇਜ ਪ੍ਰਤੀਕਾਤਮਕ ਵਿਧੀ ਇਹ ਜਿਹੜੀ ਸਟੇਜ ਦਾ ਟਾਈਮ ਪੀਰੀਅਡ ਹੈ ਉਹ 1 ਸਾਲ ਤੋਂ 6 ਸਾਲ ਦੀ ਉਮਰ ਤੱਕ ਹੁੰਦਾ ਹੈ ਜਿਵੇਂ ਪਹਿਲੇ ਦੇ ਵਿੱਚ 0 ਟੂ 1 ਸੀ ਤਾਂ ਜਿਹੜੀ ਸੈਕੰਡ ਸਟੇਜ ਹੈ ਇਹਦੇ ਵਿੱਚ 1 ਸਾਲ ਤੋਂ ਲੈ ਕੇ 6 ਸਾਲ ਦੀ ਉਮਰ ਤੱਕ ਦਾ ਹੀ ਟਾਈਮ ਪੀਰੀਅਡ ਹੁੰਦਾ ਇਸ ਸਟੇਜ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕੋਈ ਚਿੱਤਰ ਜਾਂ ਕੋਈ ਦ੍ਰਿਸ਼ਾਤਮਕ ਵਸਤੂਆਂ ਵੀ ਜਿਨ੍ਹਾਂ ਨੂੰ ਬੱਚਾ ਦੇਖ ਸਕਦਾ ਹੈ ਜਾਂ ਕੋਈ ਮਾਡਲ ਇਹਨਾਂ ਦੇ ਰਾਹੀਂ ਬੱਚਾ ਸਿੱਖਦਾ ਹੈ ਇਸ ਸਟੇਜ ਦੇ ਵਿੱਚ ਜਿਹੜਾ ਬੱਚਾ ਉਹ ਪਦਾਰਥ ਬਾਰੇ ਜਿਹੜੀ ਸੂਚਨਾ ਉਹ ਬੱਚੇ ਦੇ ਮਾਈਂਡ ਦੇ ਵਿੱਚ ਇੱਕ ਚਿੱਤਰ ਦੇ ਰੂਪ ਦੇ ਵਿੱਚ ਸਟੋਰ ਕਰਦਾ ਰਹਿੰਦਾ ਹੈ ਤੇ ਇਸ ਕਰਕੇ ਇਹਨੂੰ ਤਸਵੀਰ ਆਧਾਰਿਤ ਵਿਧੀ ਵੀ ਕਿਹਾ ਜਾਂਦਾ ਹੈ ਮੀਨਸ ਪਿਕਚਰ ਬੇਸਡ ਮੈਥਡ ਇਸ ਸਟੇਜ ਵਿੱਚ ਬਾਹਰੀ ਵਸਤੂਆਂ ਦਾ ਅਨੁਰੂਨੀ ਗੁਣਾ ਸਮੇਤ ਚਿੱਤਰ ਬੱਚੇ ਦੇ ਦਿਮਾਗ ਦੇ ਵਿੱਚ ਦਿਮਾਗੀ ਤਸਵੀਰ ਦੇ ਰੂਪ ਵਿੱਚ ਸਟੋਰ ਹੁੰਦਾ ਹੈ ਜਿਵੇਂ ਕਿ ਪਹਿਲੀ ਸਟੇਜ ਦੇ ਵਿੱਚ ਕੀ ਸੀ ਬੱਚਾ ਸਿਰਫ ਜਿਹੜੀ ਚੀਜ਼ ਆ ਉਹ ਇਹ ਸੋਚਦਾ ਹੈ ਕਿ ਇਹ ਮੇਰੇ ਕੋਲ ਹੋਣੀ ਚਾਹੀਦੀ ਹੈ ਕੋਈ ਉਹਦੇ ਜਿਹੜੇ ਐਕਸਟਰਨਲ ਕੈਰੈਕੈਕਟ੍ਰਿਸਟਿਕਸ ਹੁੰਦੇ ਨੇ ਉਹਦੇ ਬਾਰੇ ਬੱਚਾ ਕੋਈ ਇੰਟਰਸਟ ਨਹੀਂ ਲੈਂਦਾ ਬਟ ਜਿਹੜਾ ਆਈਕੋਨਿਕ ਸਟੇਜ ਹੈ ਇਹਦੇ ਵਿੱਚ ਬੱਚੇ ਦੇ ਦਿਮਾਗ ਦੇ ਵਿੱਚ ਜਿਹੜੀ ਤਸਵੀਰ ਉਹ ਕਿਸ ਤਰੀਕੇ ਨਾਲ ਸਟੋਰ ਹੁੰਦੀ ਹੈ ਉਹਦੀਆਂ ਇੰਟਰਨਲ ਤੇ ਐਕਸਟਰਨਲ ਕੈਰੈਕਟਿਸਟਿਕਸ ਦੇ ਨਾਲ ਉਦਾਹਰਨ ਵਜੋਂ ਜੇਕਰ ਇੱਕ ਬੱਚਾ ਕਾਰ ਦੀ ਤਸਵੀਰ ਬਣਾ ਰਿਹਾ ਹੈ ਜਾਂ ਕਾਰ ਦੀ ਤਸਵੀਰ ਬਾਰੇ ਸੋਚ ਰਿਹਾ ਹੈ ਕਿ ਉਹਨੇ ਬਣਾਉਣੀ ਹੈ ਤਾਂ ਕਾਰ ਉਹਦੇ ਲਈ ਕੀ ਹੋਏਗੀ ਇੱਕ ਆਈਕੋਨਿਕ ਸਟੇਜ ਦਾ ਰੂਪ ਹੋਏਗੀ ਫਾਰਮ ਹੋਏਗੀ ਕਿਉਂਕਿ ਬੱਚਾ ਦੇਖ ਰਿਹਾ ਵੀ ਕਾਰ ਕਿਸ ਤਰ੍ਹਾਂ ਦੀ ਹੁੰਦੀ ਹੈ ਤਾਂ ਕਦਰ ਵੀ ਬੱਚਾ ਉਹ ਕਰੇਗਾ ਜਿਹੜਾ ਉਹਨੇ ਦੇਖਿਆ ਹੋਵੇਗਾ ਜਾਂ ਜਿਹੜਾ ਉਹਨੂੰ ਵਧੀਆ ਲੱਗਦਾ ਹੋਵੇਗਾ ਨੈਕਸਟ ਹੈ ਦਾ ਸਿੰਬੋਲਿਕ ਸਟੇਜ ਸੰਕੇਤਾત્મક ਪੜਾ ਇਸ ਸਟੇਜ ਦਾ ਜਿਹੜਾ ਸਬੰਧ ਹੈ ਉਹ 7 ਸਾਲ ਤੋਂ ਉੱਪਰ ਦੀ ਉਮਰ ਦੇ ਹੁੰਦਾ ਹੈ ਇਸ ਸਟੇਜ ਵਿੱਚ ਬੱਚੇ ਦੇ ਜਿਹੜੇ ਦਿਮਾਗ ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਹੁੰਦੀ ਹੈ ਉਹ ਚਿੰਨਾਂ ਦੇ ਰੂਪ ਦੇ ਵਿੱਚ ਸਟੋਰ ਕੀਤੀ ਗਈ ਹੁੰਦੀ ਹੈ ਮੀਨਸ ਸਿੰਬਲ ਹੁੰਦੇ ਹਨ ਅਲੱਗ-ਅਲੱਗ ਤੇ ਇਹ ਚਿੰਨ ਭਾਸ਼ਾ ਦਾ ਰੂਪ ਹੁੰਦੇ ਨੇ ਇਸ ਸੇ ਦੇ ਜਿਹੜਾ ਸਟੂਡੈਂਟ ਆ ਉਹ ਬਿਲਕੁਲ ਸੰਖੇਪ ਸ਼ਬਦਾਂ ਦੇ ਵਿੱਚ ਸੋਚਣ ਦੀ ਸਮਰੱਥਾ ਉੱਚ ਡਿਵੈਲਪ ਹੋ ਚੁੱਕੀ ਹੁੰਦੀ ਹੈ ਮੀਨਸ ਬੱਚਾ ਕਿਸੇ ਵੀ ਚੀਜ਼ ਨੂੰ ਬਰੀਫਲੀ ਸੋਚ ਸਕਦਾ ਹੈ ਉਹਨੂੰ ਕੁਝ ਕੁ ਵਰਡਸ ਦੇ ਵਿੱਚ ਡਿਸਕ੍ਰਾਈਬ ਕਰ ਸਕਦਾ ਹੈ 3 ਇਸ ਸਟੇਜ ਦੇ ਉੱਪਰ ਜਿਹੜਾ ਬੱਚਾ ਉਹ ਭਾਸ਼ਾ ਨੂੰ ਸਹੀ ਤਰੀਕਾ ਨਾਲ ਸਮਝਣ ਦੇ ਯੋਗ ਹੋ ਜਾਂਦਾ ਹੈ ਕਿਉਂਕਿ ਬੱਚਾ 7 ইয়ারਸ ਤੋਂ ਪਲੱਸ ਹੋਣਾ ਸ਼ੁਰੂ ਹੋ ਜਾਂਦਾ ਹੈ 7 ਤੋਂ ਲੈ ਕੇ ਅਬਵ ਏਜ ਇਹਦੀ ਵਿੱਚ ਇਨਕਲੂਡਡ ਹੈ ਤੇ ਇਸ ਟਾਈਮ ਤੇ ਜਿਹੜਾ ਬੱਚਾ ਹੋ ਲੈਂਗੁਏਜ ਨੂੰ ਸਹੀ ਤਰੀਕੇ ਨਾਲ ਸਮਝ ਸਕਦਾ ਕਿ ਮੈਨੂੰ ਕਿਹੜੀ ਗੱਲ ਕਿਸ ਵੇ ਨਾਲ ਕਹੀ ਗਈ ਹੈ ਤੇ ਇਸ ਗੱਲ ਦਾ ਜਾਂ ਇਸ ਸ਼ਬਦ ਦਾ ਕੀ ਅਰਥ ਹੈ ਬੱਚਾ ਸਹੀ ਤਰੀਕੇ ਨਾਲ ਅੰਡਰਸਟੈਂਡ ਕਰ ਸਕਦਾ ਹੈ ਜੋ ਕਿ ਸ਼ਬਦਾਂ ਜਾਂ ਚਿੰਨ੍ਹਾਂ ਦਾ ਸਮੂਹ ਹੁੰਦੀ ਹੈ ਮੀਨ ਸ਼ਬਦ ਵੀ ਹੋ ਸਕਦੇ ਨੇ ਚਿੰਨ ਵੀ ਹੋ ਸਕਦੇ ਨੇ ਜਿਹੜੀ ਭਾਸ਼ਾ ਬੱਚਾ ਸਮਝ ਲੈਂਦਾ ਤੇ ਜਿਹੜਾ ਹਰੇਕ ਚਿੰਨ ਆਹ ਕਿਸ ਨਾ ਕਿਸੇ ਵਸਤੂ ਨੂੰ ਡਿਸਕ੍ਰਾਈਬ ਕਰ ਰਿਹਾ ਹੁੰਦਾ ਹੈ ਰਿਪਰੈਜ਼ੈਂਟ ਕਰ ਰਿਹਾ ਹੁੰਦਾ ਉਦਾਹਰਨ ਵਜੋਂ ਕਾਰ ਇੱਕ ਸ਼ਬਦ ਜਾਂ ਚਿੰਨ ਹੈ ਜੋ ਕਿ ਇੱਕ ਵਾਹਨ ਨੂੰ ਪ੍ਰਦਰਸ਼ਿਤ ਕਰਦਾ ਜਦੋਂ ਅਸੀਂ ਇਹਨੇ ਕਾਰ ਬੱਸ ਟਰੱਕ ਤਾਂ ਸਾਨੂੰ ਕੀ ਬਦਲਾ ਦੇ ਕੇ ਇਹ ਵਹੀਕਲਸ ਨੇ ਅਮੀਨਜ਼ ਆਫ ਇਹ ਟ੍ਰਾਂਸਪੋਰਟ ਨੇ ਤਾਂ ਇਹ ਦੇ ਅਕੋਰਡਿੰਗ ਜਿਹੜਾ ਬੱਚਾ ਉਹ ਸਿੰਬੋਲਿਕ ਸਟੇਜ ਦੇ ਵਿੱਚ ਇਸ ਤਰੀਕੇ ਨਾਲ ਜਿਹੜੀਆਂ ਚੀਜ਼ਾਂ ਨੇ ਉਹ ਸਿੱਖਦਾ ਹੈ ਡੀਅਰ ਸਟੂਡੈਂਟਸ ਏਸੀ ਮਾਡਲਸ ਆਫ ਰਿਪਰੈਜ਼ੈਂਟੇਸ਼ਨ ਬਾਈ ਬਰੂਨਰ ਥੈਂਕ ਯੂ